ਜਸਵੰਤ ਸਿੰਘ ਕਵਲ ਦੀ ਕਹਾਣੀ ਬੁੱద్ధి ਜੀਵੀਆਂ ਦਾ ਇਨਕਲਾਬ ਵਾਰੰਟਡ ਗੁਲਵੰਤ ਤਾਰੇ ਤੇ ਹਨੀਫ ਦੇ ਫੜ ਕੇ ਮਾਰੇ ਜਾਂਦੀਆਂ ਠੀਕ ਠਾਕ ਖਬਰਾਂ ਪਾਰਟੀ ਰਹੀ ਪ੍ਰੋਫੈਸਰ ਮੱਖਣ ਤੱਕ ਪੁੱਜ ਗਈਆਂ ਉਹਦਾ ਪਿਛਲੀਆਂ ਸਫਾਂ ਵਿੱਚ ਲੜਦੇ ਦਾ ਮਨ ਡੋਲ ਗਿਆ ਉਹ ਹਿਸਟਰੀ ਦਾ ਪ੍ਰੋਫੈਸਰ ਸੀ ਉਹਨੂੰ ਪਤਾ ਸੀ ਸਿੱਖ ਰਾਜ ਦੀਆਂ ਹਾਰਾਂ ਵਿੱਚੋਂ ਸਿੱਖ ਕੌਮ ਦੀ ਏਕਤਾ ਕਿਵੇਂ ਖੇਰੂ-ਖੇਰੂ ਹੋ ਗਈ ਸੀ ਜਦੋਂ ਸੂਝਵਾਨ ਸਾਥੀ ਫੜੇ ਜਾਣ अथवा ਮਾਰੇ ਜਾਣ ਚੱਲਦੇ ਇਨਕਲਾਬ ਨੂੰ ਇੱਕ ਵਾਰੀ ਠੱਲ ਪੈ ਜਾਣੀ ਕੁਦਰਤੀ ਹੋ ਜਾਂਦੀ ਹੈ ਮੱਖਣ ਬੇहद ਉਦਾਸ ਹੋ ਗਿਆ ਸਮੇਂ-ਸਮੇਂ ਉਹਨੂੰ ਡ੍ਰੌਨ ਚ ਡਰਾਮੇ ਦੇ ਪ੍ਰੋਫੈਸਰ ਡਾਕਟਰ ਗਰਗ ਦਾ ਬਹੁਤ ਹੱਥ ਸੀ ਡਾਕਟਰ ਗਰਗ ਯੂਨੀਵਰਸਿਟੀ ਟੀਚਰ ਯੂਨੀਅਨ ਦਾ ਸੈਕਟਰੀ ਬਣਨ ਲਈ ਪ੍ਰੋਫੈਸਰ ਮੱਖਣ ਤੋਂ ਵੋਟ ਮੰਗਣ ਆਇਆ ਪ੍ਰੋਫੈਸਰ ਸਾਹਿਬ ਤੁਹਾਡਾ ਸ਼ਾਗਿਰਦ ਵੀ ਮਾਰਿਆ ਗਿਆ ਉਹਦਾ ਭਾਵ ਗੁਲਵੰਤ ਦੇ ਸ਼ਹੀਦ ਹੋ ਜਾਣ ਤੋਂ ਸੀ ਉਹ ਆਦਮ ਅਨੁਸਾਰ ਕੰਡੇਰਨੀਆ ਮੁੱਛਾਂ ਨੂੰ ਵਟ ਚਾੜ ਰਿਆ ਸੀ ਉਸ ਚਲਾਕ ਬਾਣੀਏ ਵਾਂਗ ਖਲ ਖਰੀਦਣ ਲਈ ਬੜੇਵੇਂਆਂ ਦਾ ਭਾਅ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਉਸ ਆਪਣੀ ਕੁਟਲ ਨੀਤੀ ਅਨੁਸਾਰ ਵੋਟ ਦੀ ਗੱਲ ਨਾ ਤੋਰੀ ਆਹੋ ਯਾਰ ਬੜੀ ਦੁੱਖ ਦੀ ਗੱਲ ਹੈ ਪ੍ਰੋਫੈਸਰ ਮੱਖਣ ਦਾ ਹੌਕਾ ਨਿਕਲ ਗਿਆ ਬੜਾ ਹੌਣਹਾਰ ਸੀ ਤੁਹਾਡੇ ਕੋਲ ਤਾਂ ਆਮ ਆਉਂਦਾ ਸੀ ਡਾਕਟਰ ਨੇ ਮੱਖਣ ਨੂੰ ਕਾਣੀਆਂ ਜਸੂਸ ਨਜ਼ਰਾਂ ਗੱਡ ਕੇ ਤਾੜਿਆ ਤੁਸੀਂ ਉਹਦੇ ਸਲਾਹਕਾਰ ਸੀ ਮੱਖਣ ਦਾ ਮਨ ਥਰਰ ਆ ਗਿਆ ਉਹ ਕਹਿਣਾ ਚਾਹੁੰਦਾ ਸੀ ਤੱਤੇ ਨਾਰੇ ਦੇ ਕੇ ਮਰਵਾਉਣ ਵਾਲਿਆਂ ਚ ਤੂੰ ਵੀ ਤਾਂ ਹੈ ਹੁਣ ਕੰਨਾ ਕਢਵਾਉਣ ਨੂੰ ਫਿਰਦਾ ਆਹ ਤਾਂ ਤੁਹਾਡੇ ਕੋਲ ਵੀ ਜਾਂਦਾ ਸੀ ਮੱਖਣ ਨੇ ਪ੍ਰਤੀ ਚੋਟ ਨਾ ਲਾਖਿਆ ਮੇਰੇ ਮਗਰ ਲੱਗਦੇ ਤਾਂ ਮਰਦੇ ਕਿਉਂ ਉਹਨਾਂ ਨੂੰ ਡੁਅਲ ਪਾਲਿਸੀ ਵਰਤਣੀ ਨਹੀਂ ਆਈ ਉਸ ਦੰਦਾ ਵਿੱਚ ਲੈ ਕੇ ਆਪਣਾ ਨੋਹ ਕਟਿਆ ਆਂਦੇ ਥਾਣੇ ਦੀ ਮਾਰ ਵਿੱਚ ਉਸ ਖਾਦਾ ਪੀਤਾ ਸਭ ਬੱਕ ਦਿੱਤਾ ਉਸ ਨਜ਼ਰ ਦੀ ਕਟਾਰ ਮੱਖਣ ਦੇ ਚਿਹਰੇ ਤੇ ਧਰੀ ਰੱਖੀ ਮੈਂ ਨਹੀਂ ਮੰਨਦਾ ਗੁਲਵੰਤ ਭੈੜੀ ਪੈਣ ਵਾਲੀ ਮਿੱਟੀ ਦਾ ਹੀ ਨਹੀਂ ਬਣਿਆ ਸੀ ਮੱਖਣ ਨੇ ਉਹਨੂੰ ਲਤਾੜਨ ਵਾਲੀ ਡਾਕਟਰ ਦੀ ਡੁਅਲ ਪਾਲਿਸੀ ਸਮਝ ਲਈ ਟੂ ਬੀ ਫ੍ਰੈਂਕ ਨੌਕਰੀ ਨੰਗਵਾਲੀ ਤੇਰੀ ਵੀਸੀ ਨਾਲ ਸਿੱਧੀ ਗੱਲ ਕਰਵਾ ਦੇ ਆ ਗੱਲ ਤੇਰੀ ਯੂਨੀਵਰਸਿਟੀ ਤੋਂ ਬਾਹਰ ਸਾਰੇ ਉੱਡ ਚੁੱਕੀ ਐ ਗਰਗਨੀਖ ਹੋਰ ਰਗੜਾ ਦੇ ਮਾਰਿਆ ਮੈਨੂੰ ਵੀਸੀ ਕੋਲ ਜਾਣ ਦੀ ਲੋੜ ਨਹੀਂ ਮੱਖਣ ਨੇ ਠੋਕ ਕੇ ਨਾ ਕਰਦੀ ਉਹ ਉਹਨੂੰ ਆਪਣੇ ਘਰੋਂ ਤੋਰਨਾ ਚਾਹੁੰਦਾ ਸੀ ਸੁਣਿਆ ਐ ਸੈਕਟਰੀਸ਼ਿਪ ਵਾਸਤੇ ਪਹਿਲਵਾਨ ਨੇ ਉਸ ਗੱਲ ਨੂੰ ਪਲਟਾ ਦੇ ਲਿਆ ਹਾਂ ਆਪਣੇ ਸਾਥੀਆਂ ਨੇ ਜੋਰ ਪਾਇਆ ਕੀ ਕਰਦਾ ਰਿਐਕਸ਼ਨਰੀਆਂ ਵਾਸਤੇ ਮੈਦਾਨ ਖੁੱਲਾ ਛੱਡ ਦਿੰਦਾ ਦੇਖ ਟੂ ਬੀ ਫ੍ਰੈਂਕ ਤੇਰੀ ਵੋਟ ਤਾਂ ਭਲਾ ਘੜੇ ਦੀ ਮੱਛੀ ਐ ਤੂੰ ਹੋਰ ਕਿੰਨੀਆਂ ਵੋਟਾਂ ਲੈ ਕੇ ਦੇਵੇਂਗਾ ਉਸ ਐਮ ਐਨ ਰਾਏਵਾੰਗ ਪੰਜਾ ਖੋਲ ਦਿੱਤਾ ਜਿਵੇਂ ਤੂੰ ਅੱਖੀਂ ਬਾਹ ਲਾਵਾਂਗਾ ਪਰ ਇੱਕ ਮਾਫੀ ਉਸ ਘੜੀ ਵੱਲ ਨਜ਼ਰ ਮਾਰੀ ਮੈਂ ਕਿਸੇ ਨੂੰ ਟਾਈਮ ਦੇਈ ਬੈਠਾ ਮੈਂ ਵੀ ਕਿਹਾ ਚਾਹ ਤੱਕਾ ਤੋਂ ਨਾ ਨਹੀਂ ਲੈਂਦਾ ਗਰਗ ਟੀਠਾਂ ਦਾ ਮੋਰਚਾ ਮਲ ਖਲੋਤਾ ਕੁੜੀ ਐ ਕਿ ਜਨਾਨੀ ਉਹਨੇ ਕੰਡੇਰਨੀਆਂ ਮੁੱਛਾਂ ਨੂੰ ਤਾ ਦੇਣਾ ਸ਼ੁਰੂ ਕਰਤਾ ਤੇ ਨਾਲ ਹੀ ਉਸ ਖੱਬੀ ਅੱਖ ਦਾ ਡਿਪਰ ਮਾਰਿਆ ਡਾਕਟਰ ਸਾਹਿਬ ਸਾਰਿਆਂ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਲੈ ਅ ਜੱਟ ਸਰੀਹੰਦ ਚੋਰੀ ਕਰਨ ਚੱਲਿਆ ਐ ਫਿਰ ਮੰਦਾ ਫੇਰ ਨਹੀਂ ਉਹ ਹੱਸਦੇ ਉੱਠ ਕੇ ਖਲੋ ਗਿਆ ਪਾਪਾ ਪਾੜ ਚੋਂ ਫੜਿਆ ਨਹੀਂ ਮੰਨਦਾ ਅਸਲੀ ਪਾਪਾ ਚੋਂ ਹੋਇਆ ਮੱਖਣ ਨੇ 21 ਦੀ 31 ਪਾ ਕੇ ਸਾਰੇ ਬਦਲੇ ਲੈ ਲਏ ਜੱਟ ਦੀ ਜੇ ਵਾਂ ਚੱਲੇ ਭਾਪੇ ਨੂੰ ਗੰਡੇ ਵਾਂਗ ਭੰਨ ਭੰਨ ਸੁਟੇ ਬਾਣੀ ਨੇ ਜਾਣ ਕੇ ਜੱਟ ਨੂੰ ਵਟਾਇਆ ਉਹ ਗੰਡਾ ਬਣ ਵੀ ਬਣਿਆ ਵੀ ਜੱਟ ਦੇ ਪੈਰਾਂ ਹੇ ਪੈਰ ਹੇਠੋਂ ਰੜ ਜਾਂਦਾ ਜਿੰਨਾ ਚਿਰ ਭਾਪੇ ਕੋਲ ਡਿਊਲ ਪਾਲਿਸੀ ਹੈ ਇਹ ਜਮਾ ਕੋਲੋਂ ਵੀ ਇਹ ਜਮਾ ਕੋਲੋਂ ਵੀ ਮਾਰ ਨਹੀਂ ਖਾਂਦਾ ਮੱਖਣ ਨੇ ਡਾਕਟਰ ਨੂੰ ਥਾਪ ਹੀ ਦਿੱਤੀ ਅੱਛਾ ਮੇਰਾ ਖਿਆਲ ਹੀ ਨਹੀਂ ਰੱਖਣਾ ਦੋ ਦੋ ਦਿਨ ਵੋਟਾਂ ਆਖਣ ਨਾਲ ਵੀ ਚਲਣਾ ਮੱਖਣ ਨੇ ਡੂੰਗੇ ਹਿੱਤ ਨਾਲ ਹੱਥ ਘੁੱਟਦਿਆਂ ਮੁਰ ਯਕੀਨ ਦਵਾਇਆ ਤੇਰੀ ਕਿਸੇ ਵੀ ਵਿਪਤਾ ਚ ਮੈਂ ਅੱਗੇ ਹੋਵਾਂਗਾ ਪਰ ਆਵੇਗੀ ਜ਼ਰੂਰ ਗਰਗ ਦੀਆਂ ਅੱਖਾਂ ਘਾਤ ਵਿੱਚ ਬੈਠੇ ਚੀਤੇ ਵਾਂਗ ਚਮਕ ਰਹੀਆਂ ਸਨ ਕੋਈ ਨਾ ਯਾਰ ਸੱਜ ਲਵਾਂਗੇ ਮੱਖਣ ਨੇ ਬੇਪਰਵਾਹੀ ਨਾਲ ਆਖਿਆ ਡਾਕਟਰ ਚਲਾ ਗਿਆ ਮੱਖਣ ਨੂੰ ਕਵਾਟਰਾਂ ਦੇ ਮੋੜ ਤੱਕ ਉਹਦੇ ਕੋਟ ਦੀ ਕਾਲੀ ਪਿੱਠ ਦਿਸਦੀ ਰਹੀ ਮੱਖਣ ਡਾਕਟਰ ਸਾਹਮਣੇ ਤਾਂ ਸਾਬਤ ਸਬੂਤ ਅੜਿਆ ਰਿਆ ਉਹ ਡੋਲਣ ਦਾ ਭੋਰਾ ਜਿੰਨਾ ਉਹ ਖਾਲਾ ਨਾ ਪਾਇਆ ਪਰ ਗਰਗ ਦੇ ਜਾਣ ਪਿੱਛੋਂ ਉਸ ਦੂਜਾ ਪੱਖ ਵਿਚਾਰਨਾ ਸ਼ੁਰੂ ਕਰਤਾ ਪਤਾ ਨਹੀਂ ਉਹਦੇ ਮਨ 'ਚ ਵਿਅਮ ਕਿਵੇਂ ਆ ਗਿਆ ਮੈਂ ਫੜੇ ਜਾਣਾ ਗੁਲਵੰਤ ਨੇ ਦੋ ਦਿਨ ਦੀ ਮਾਰ 'ਚ ਸ਼ਾਇਦ ਮੇਰਾ ਨਾਮ ਬਾਕੀ ਦਿੱਤਾ ਹੋਵੇ ਨਹੀਂ ਉਹਦਾ ਸਿਦਕ ਤਾਂ ਸਟੀਲ ਸੀ ਸ਼ਾਇਦ ਨਾਲ ਦੇ ਸਾਥੀ ਸਿਰੜ ਨਾਲ ਨਿਭਾ ਸਕੇ ਹੋਣ ਉਹਦੇ ਜੀ ਚਾਹੀ ਨੌਕਰੀ ਛੱਡ ਕੇ ਸਾਥ ਹੋ ਜਾਵਾ ਰਾਹੁਲ ਦਾਗਦਾ ਸੀ ਭਾਗੋ ਨਹੀਂ ਦੁਨੀਆ ਕੋ ਬਦਲੋ ਡੀਐਸਪੀ ਬਰਾੜ ਨੂੰ ਮਰਵਾਉਣ ਲਈ ਉਹ ਸਲਾਹਕਾਰੀ ਨਹੀਂ ਸਗੋਂ ਕਈ ਵਾਰ ਗੁਲਵੰਦ ਧੋਰਾ ਨੂੰ ਪਨਾਹ ਵੀ ਦੇ ਚੁੱਕਾ ਸੀ ਪਰ ਬਰਾੜ ਦੀ ਕਿਸਮਤ ਬਲੀ ਸੀ ਉਹਨੂੰ ਤੱਤੀ ਵਾ ਨਹੀਂ ਲੱਗੀ ਹੁਣ ਸ਼ੱਕਾਂ ਦੀ ਬਾਚ ਮੱਖਣ ਉਲਟਾ ਆਪ ਤਰਵਕ ਤਰਵਕ ਪੈਂਦਾ ਸੀ ਵੀਸੀ ਦੇ ਪਿੱਠੂ ਪ੍ਰੋਫੈਸਰ ਤੇ ਡਾਕਟਰ ਗਰਗ ਸਮੇਤ ਉਹਨੂੰ ਸਭ ਜਾਸੂਸ ਪ੍ਰਤੀਤ ਹੁੰਦੇ ਸਨ ਆਥਨ ਸਵੇਰ ਗ੍ਰਿਫਤਾਰੀ ਦੇ ਡਰ ਨੇ ਉਹਦਾ ਮਾਨਸਿਕ ਪੱਧਰ ਖੇਰੂ ਖੇਰੂ ਕਰ ਦਿੱਤਾ ਪਰ ਉਸ ਕਿਸੇ ਨਿੱਜ ਦੇ ਸਾਥੀ ਕੋਲ ਵੀ ਭਿੰਕ ਨਾ ਕੱਢੀ ਤੇ ਵਿੱਚੇ ਵਿੱਚ ਆਪਣੀ ਮਾਨਸਿਕ ਜ਼ਬਰ ਤੇ ਸਬਰ ਨਾਲ ਕੁਲਦਾ ਰਿਹਾ ਇੱਕ ਦਿਨ ਬਾਜ਼ਾਰ ਪੁਲਿਸ ਦਾ ਟਰੱਕ ਭਰਿਆ ਆਉਂਦਾ ਵੇਖ ਕੇ ਛੱਟ ਬਰਾਬਰ ਦੀ ਦੁਕਾਨ 'ਚ ਵੜ ਗਿਆ ਉਹਨੂੰ ਤਰੇਲੀ ਆ ਗਈ ਸੀ ਉਹ ਚੱਕਰ ਖਾਣ ਵਾਲਿਆਂ ਵਾਂਗ ਬੈਂਚ ਤੇ ਡਿੱਗੀ ਪਿਆ ਪੁਲਿਸ ਦਾ ਟਰੱਕ ਤਾਂ ਗਾਂ ਲੰਘ ਗਿਆ ਪਰ ਉਹਦੇ ਸਿਰ ਤੇ ਹਿੱਕ ਵਿੱਚ ਹਾਲੇ ਤੱਕ ਦਗੜ ਦਗੜ ਜਾਰੀ ਸੀ ਉਹਦਾ ਦਮ ਟਿਕਾਣੇ ਨਹੀਂ ਆਇਆ ਸੀ ਕੀ ਗੱਲ ਪ੍ਰੋਫੈਸਰ ਸਭ ਤੋਂ ਦਿੱ ਤਬੀਰ ਠੀਕ ਨਹੀਂ ਲੱਗਦੀ ਦੁਕਾਨ 'ਚ ਫਿਰ ਤੇ ਮੁੰਡੇ ਨੇ ਕਦਮ ਪੁੱਟ ਕੇ ਪੁੱਛਿਆ ਕਦੋਂ ਯੂਨੀਵਰਸਿਟੀ ਪੜਦਾ ਰਿਹਾ ਸੀ ਹਾਂ ਯਾਰ ਚੱਕਰ ਆ ਗਿਆ ਸੀ ਹੁਣ ਠੀਕ ਆ ਮੱਖਣ ਨੇ ਆਪੇ ਨੂੰ ਸਾਵਿਆਂ ਕਰ ਲਿਆ ਮੈਨੂੰ ਦੱਸ ਅ ਕੱਚਿਆਂ ਦਾ ਕੱਪੜਾ ਚਾਹੀਦਾ ਏ ਉਸ ਬਿਨਾਂ ਲੋੜੋਂ ਕੱਪੜਾ ਲੈ ਲਿਆ ਤਾਂ ਜੋ ਮੁੰਡਾ ਉਹਦੇ ਪਤਲੇ ਪੈਮਾਨੇ ਨੂੰ ਕਿਸੇ ਤਰ੍ਹਾਂ ਜਾਣ ਨਾ ਲਵੇ ਘਰ ਨੂੰ ਆਉਂਦਿਆਂ ਮੱਖਣ ਨੇ ਇੱਕ ਰਿਕਸ਼ੇ ਵਾਲੇ ਨੂੰ ਸ਼ਰਾਬੀ ਹੋਇਆ ਤੱਕਿਆ ਰਿਕਸ਼ਾ ਉਹਦਾ ਕੋਲੀ ਟੇਡਾ ਹੋਇਆ ਪਿਆ ਸੀ ਉਹ ਅਸਲੋਂ ਆਪਣੀ ਮੌਜ 'ਚ ਹੱਸੀ ਜਾ ਰਿਹਾ ਸੀ ਕੋਈ ਪਰਵਾਹ ਨਹੀਂ ਭਾਵੇਂ ਹੁਣੇ ਮਰ ਜਾਵਾਂ ਮੈਂ ਗਰੀਬ ਆ ਮਜ਼ਦੂਰ ਆ ਤਾਂ ਕੀ ਹੋਇਆ ਕਿਸੇ ਤੋਂ ਲੈ ਕੇ ਤਾਂ ਨਹੀਂ ਪੀਤੀ ਸਰਮਾਇਦਾਰ ਸਾਲੇ ਮੇਰੇ ਐ ਇਨਕਲਾਬ ਜ਼ਿੰਦਾਬਾਦ ਲੰਡੀ ਪੁੱਤੀ ਜਿੰਨ ਮਰਦਾਬਾਦ ਸ਼ਰਾਬੀ ਆਪ ਮੁਹਾਰਾ ਹੱਸੀ ਜਾ ਰਿਹਾ ਸੀ ਨਾਲ ਨਾਲ ਸਰਮਾਇਦਾਰਾਂ ਨੂੰ ਗਾਲਾਂ ਦੇਈ ਜਾ ਰਿਹਾ ਸੀ ਇੱਕ ਪਲ ਰਿਕਸ਼ੇ ਵਾਲੇ ਦੀ ਬਕਵਾਸ ਨੇ ਦੁਬਿਦਾਚ ਛੜਦੇ ਮੱਖਣ ਦੇ ਸਿਰ ਨੂੰ ਧੱਕਾ ਜਿਹਾ ਮਾਰਿਆ ਸ਼ਰਾਬ ਪੀ ਕੇ ਮਨੁੱਖ ਬੇਪਰਵਾਹ ਹੋ ਜਾਂਦਾ ਹੈ ਗਰੀਬੀ ਸਮੇਤ ਸਾਰੇ ਗਮ ਭੁੱਲ ਜਾਂਦਾ ਹੈ ਦਲੇਰ ਹੋ ਕੇ ਮੌਤ ਉੱਤੇ ਵੀ ਹੱਸ ਸਕਦਾ ਹੈ ਉਹ ਓਹੀ ਸੋਚਦਾ ਮਹਿਸੂਸ ਕਰਦਾ ਅੰਗਰੇਜ਼ੀ ਠੇਕੇ ਅੱਗੇ ਜਾ ਖਲੋਤਾ ਉਹਨੂੰ ਕਿੰਨਾ ਹੀ ਚਿਰ ਵਿਚਾਰ ਮਗਨ ਖਲੋਤਾ ਵੇਖ ਕੇ ਕਰਿੰਦਾ ਬੋਲੇ ਸਰਦਾਰ ਸਾਹਿਬ ਕਿਹੜੀ ਚਾਹੀਦੀ ਹੈ ਯਾਰ ਕੋਈ ਦੇ ਛੱਡ ਸੇਰੀ ਕੁਮਾਨਾ ਉਸ ਕੋਟ ਦੀ ਅੰਦਰਲੀ ਜੇਬ 'ਚ ਹੱਥ ਪਾ ਲਿਆ ਉਹ ਵਿਸਕੀ ਦੀ ਬੋਤਲ ਲੈ ਕੇ ਚਾਹ ਵਾਲੇ ਯਾਰ ਦੀ ਦੁਕਾਨ ਤੇ ਆ ਬੈਠਾ ਪੁੱਛਿਆ ਜ਼ਰਾ ਗਲਾਸ ਲਿਆ ਤਾਂ ਅੱਜ ਕੋੜੀ ਚਾਹ ਦਾ ਸਵਾਦ ਵੇਖੀ ਮੱਖਣ ਨੇ ਪੁੱਛਣ ਤੋਂ ਪੀਣ ਲਈ ਪਾਣੀ ਤੇ ਗਲਾਸ ਮੰਗਿਆ ਪ੍ਰੋਫੈਸਰ ਸਾਹਿਬ ਇਹ ਕੀ ਪੂਸ਼ਣੋ ਦੇ ਹੱਥ ਗਲਾਸ ਵੇਖ ਕੇ ਹੈਰਾਨ ਹੀ ਰਹਿ ਗਿਆ ਉਹ ਬੇਹੱਦ شریف ਤੇ ਸੰਜੀਦਾ ਪ੍ਰੋਫੈਸਰ ਦੀ ਬੜੀ ਇੱਜ਼ਤ ਕਰਦਾ ਸੀ ਹਾਂ ਵੀ ਯਾਰ ਖਬਰੇ ਕੈ ਦਿਨ ਜ਼ਿੰਦਗੀ ਹੈ ਪ੍ਰੋਫੈਸਰ ਰਿਕਸ਼ੇ ਵਾਲੇ ਦੀ ਜ਼ੁਬਾਨ 'ਚ ਆ ਗਿਆ ਉਸ ਆਪਣੀ ਖਾਸ ਥਾਂ ਮੱਲ ਲਈ ਜਿੱਥੇ ਮਾਰਕਸ ਹੈਗਲ ਤੇ ਕਾਂਤ ਨੂੰ ਡਿਸਕਸ ਕਰਿਆ ਕਰਦਾ ਸੀ ਬਾਈ ਪੂਸ਼ਿਆ ਜ਼ਿੰਦਗੀ 'ਚ ਸਾਰੇ ਸਵਾਦ ਵੇਖਣੇ ਚਾਹੀਦੇ ਆ ਉਹ ਪਹਿਲਾਂ ਪੈਗ ਪਾ ਕੇ ਕਾਹੇ ਸ਼ਰਾਬੀਆਂ ਵਾਂਗ ਚੜਾ ਹੈ ਚੜ ਗਿਆ ਉਹਨੂੰ ਖੁਰਾਕ ਵਾਲੀ ਨਾਲੀ 'ਚ ਕੁਝ ਸਮਾਤ ਤਜਾਵ ਦੌੜ ਦਾ ਪ੍ਰਤੀਤ ਹੋਇਆ ਕਾਲਜਾ ਫੜਨ ਦੀ ਉਸ ਕੋਸ਼ਿਸ਼ ਕੀਤੀ ਉਹਦੀਆਂ ਅੱਖਾਂ ਦੇ ਕੁਕਰਿਆਂ 'ਚ ਜਲੂਨ ਛਿੜ ਪਈ ਪਰ ਉਹ ਮੁਸਕਾ ਕੇ ਟੌਰ ਚ ਆ ਗਿਆ ਪਰ ਪੂਛਨ ਪ੍ਰੋਫੈਸਰ ਵੱਲੋਂ ਹਟ ਕੇ ਪੁਲਿਸ ਵਾਲਿਆਂ ਦੀ ਤਾੜ ਰੱਖਣ ਲੱਗ ਪਿਆ ਉਹ ਕਦੇ ਯੂਨੀਵਰਸਿਟੀ ਦੇ ਕਾਫੀ ਹਾਊਸ ਬਹਿਰਾਗਰੀ ਕਰਦਾ ਸੀ ਮੱਖਣ ਦੀ ਸਲਾਹ ਤੇ ਆਰਥਿਕ ਸਹਾਇਤਾ ਨਾਲ ਉਸ ਸ਼ਹਿਰ ਚਾਹ ਦੀ ਦੁਕਾਨ ਕਰ ਲਈ ਉਸ ਸਾਲ ਪਰ ਵਿੱਚ ਹੀ ਪੈਰਾਂ ਸਿਰ ਹੋ ਗਿਆ ਪਰ ਪ੍ਰੋਫੈਸਰ ਦਾ एहसान ਉਸ ਕਦੇ ਨਹੀਂ ਭੁਲਾਇਆ ਸੀ ਯਾਰੀ ਤੇ एहसान ਦੇ ਤਾਣੂ ਉਹ ਗੈਰ ਕਾਨੂੰਨੀ ਕਰਦੇ ਮੱਖਣ ਨੂੰ ਇੱਕ ਵਾਰ ਵੀ ਨਾ ਟੋਕ ਸਕਿਆ ਪਰ ਮੱਖਣ ਦਾ ਇਸ ਤਰ੍ਹਾਂ ਖੁੱਲ ਖਲਾਸਾ ਹੋ ਕੇ ਸ਼ਰਾਬ ਪੀਣਾ ਉਸ ਲਈ ਅਚੰਬੇ ਵਾਲੀ ਗੱਲ ਸੀ ਪ੍ਰੋਫੈਸਰ ਦੂਜੇ ਪੈਗ ਨਾਲ ਵਾਕਈ ਦਲੇਰ ਹੋ ਗਿਆ ਤੇ ਤੀਜੇ ਨਾਲ ਅਸਲੋਂ ਸ਼ਰਾਬੀ ਹੁਣ ਦੁਕਾਨ ਸ਼ਹਿਰ ਤੇ ਯੂਨੀਵਰਸਿਟੀ ਸਮੇਤ ਵੀ ਵੀ ਸੀ ਉਹਦੀ ਧਰਤੀ ਦਿਵਾਲੇ ਰਾਕਟ ਬਣੇ ਹੋਏ ਸਨ ਉਹ ਬੋਤਲ ਕੋਟ ਦੀ ਜੇਬ ਚ ਤਨ ਕੇ ਦੁਕਾਨੋਂ ਬਾਹਰ ਆ ਗਿਆ ਉਹਦੇ ਪੈਰਾਂ 'ਤੇ ਸਪਰਿੰਗ ਆ ਗਏ ਉਦੇ ਜੀ ਚਾਈ ਕੋਈ ਪਿੰਡ ਦਾ ਯਾਰ ਮਿਲ ਪਵੇ ਉਹਦੇ ਗੱਲ ਨੂੰ ਚਿੰਬੜ ਜਾਵਾ ਤੇ ਰੱਜ ਕੇ ਰੂਮਾ ਕੁਦਰਤੀ ਉਹੀ ਰਿਕਸ਼ੇ ਵਾਲਾ ਸਵਾਰੀ ਭਾਲ ਦਾ ਸਾਹਮਣੇ ਆ ਗਿਆ ਉਹ ਬਿਨਾਂ ਕੁਝ ਪੁੱਛੇ ਰਿਕਸ਼ੇ 'ਚ ਡਿੱਗ ਪਿਆ ਹੁਣ ਰਿਕਸ਼ੇ ਵਾਲਾ ਬਹੁਤ ਦਾਹੀ ਉਹਨੂੰ ਘਰ ਨੂੰ ਖਿੱਚੀ ਜਾ ਰਿਹਾ ਸੀ ਰਿਕਸ਼ੇ ਵਾਲੇ ਦੀ ਸ਼ਰਾਬ ਲੈ ਚੁੱਕੀ ਸੀ ਤੇ ਭੁੱਖ ਨੇ ਉਹਦੇ ਕੁਰਲਾਟ ਪਾਇਆ ਹੋਇਆ ਸੀ ਘਰ ਦੇ ਬੁਹੇ ਅੱਗੇ ਆ ਕੇ ਰਿਕਸ਼ੇ ਵਾਲੇ ਨੇ ਪੈਸੇ ਮੰਗੇ ਪ੍ਰੋਫੈਸਰ ਨੇ ਅੱਗੋਂ ਬੋਤਲ ਕੱਢ ਕੇ ਹਿਲਾਈ ਪੈਸੇ ਕੋਈ ਨਾ ਹੀ ਪੀ ਲੈ ਜਿੰਨੀ ਮਰਜ਼ੀ ਨਹੀਂ ਸਰਦਾਰ ਜੀ ਇਹ ਇਹ ਚੂੜੀ ਬਹੁਤ ਪੀਤੀ ਹੈ ਹੁਣ ਤਾਂ ਭੁੱਖ ਚ ਮਿਆਰੀ ਦਾ ਗਲਾ ਘੁੱਟਣਾ ਹੈ ਪ੍ਰੋਫੈਸਰ ਤੋ ਖਲੋਤਾ ਨਹੀਂ ਜਾ ਰਿਹਾ ਸੀ ਸਰਮਾਇਦਾਰਾਂ ਨਾਲ ਯਾਰੀ ਨਹੀਂ ਪੁੱਗਦੀ ਤੂੰ ਪੈਸੇ ਕੱਢ ਮੈਨੂੰ ਭੁੱਖ ਨੇ ਜ਼ੋਰ ਪਾਇਆ ਉਸ ਰਿਕਸ਼ਾ ਛੱਡ ਕੇ ਡਿੱਗਦੇ ਪ੍ਰੋਫੈਸਰ ਨੂੰ ਬੋਚ ਲਿਆ ਠੀਕ ਠੀਕ ਸਰਮਾਇਦਾਰਾਂ ਦੀ ਗਾਲ ਕੱਢਦਾ ਮੱਖਣ ਲੰਮੀ हिचਕੀ ਚ ਲੁੜਕ ਗਿਆ ਪੈਰ ਹੀ ਨਹੀਂ ਲਾ ਰਿਹਾ ਸੀ ਰਿਕਸ਼ੇ ਵਾਲੇ ਨੇ ਉਹਨੂੰ ਘਸੀਟ ਕੇ ਬਰਾਂਡੇ ਚ ਲਿਆ ਪਾਇਆ ਉਹਨੂੰ ਕੋਈ ਸੁਰਤ ਨਹੀਂ ਸੀ ਪਰ ਬੋਤਲ ਘੁੱਟ ਕੇ ਫੜੀ ਹੋਈ ਸੀ ਰਿਕਸ਼ੇ ਵਾਲੇ ਨੇ ਇਮਾਨਦਾਰੀ ਨਾਲ ਦਸਾਂ ਦਾ ਨੋਟ ਉਹਦੀ ਜੇਬ ਚੋਂ ਖਿੱਚਿਆ ਤੇ ਕਿਸੇ ਟਾਬੇ ਨੂੰ ਬਹੁ ਦਾ ਹੋ ਲਿਆ ਪ੍ਰੋਫੈਸਰ ਨੂੰ ਜਦ ਹੋਸ਼ ਆਈ ਗਵਾਂਡੀਆਂ ਦੀ ਲੰਡੀ ਕੁੱਤੀ ਲਾੜ ਨਾਲ ਉਹਦੇ ਹੱਥ ਤੇ ਪਹੁੰਚੇ ਮਾਰ ਰਹੀ ਸੀ ਰਿਕਸ਼ੇ ਵਾਲਾ ਤਾਂ ਗੁਰਮੰਤਰ ਦੇ ਕੇ ਉਹਨੂੰ ਮੁੜਕਾ ਦੇ ਨਾ ਮਿਲਿਆ ਪਰ ਬੋਤਲ ਦਾ ਮੰਤਰ ਹਮੇਸ਼ਾ ਲਈ ਉਹਦੇ ਸਿਰ ਦਾ جنੂਨ ਹੋ ਗਿਆ ਉਹਦੇ ਸਾਰੇ ਸ਼ੇ ਸ਼ਹਿਰਾਨ ਸਨ ਪ੍ਰੋਫੈਸਰ ਸਾਹਿਬ ਨੂੰ ਕੀ ਹੋ ਗਿਆ ਕਈ ਵਾਰ ਉਹ ਕਲਾਸਰੂਮ ਲੈਕਚਰ ਦੇਣ ਨਾ ਜਾਂਦਾ ਮੁੰਡੇ ਕੁੜੀਆਂ ਨੂੰ ਕਾਫੀ ਹਾਊਸ ਸੱਦ ਲੈਂਦਾ ਉੱਥੇ ਥੋੜਾ ਬਹੁਤ ਪੜਾਉਂਦਾ ਉਹਨਾਂ ਨੂੰ ਆਪਣੇ ਕੋਲੋਂ ਕਾਫੀ ਪਿਉਂਦਾ ਉਹਦੇ ਰੰਗ ਨਿਆਰੇ ਵੇਖ ਕੇ ਇੱਕ ਖੁੱਲੇ ਖਲਾਸੇ ਮੁੰਡੇ ਨੇ ਝੋਟ ਮਾਰੀ ਪ੍ਰੋਫੈਸਰ ਸਾਹਿਬ ਆਂਦੇ ਤੁਹਾਡੀ ਮਹਿਬੂਬ ਤੁਹਾਨੂੰ ਛੱਡ ਗਈ ਸਾਰੀ ਕਲਾਸ ਇੱਕ ਵਾਰੀ ਹੱਸ ਪਈ ਹਾਂ ਯਾਰ ਬੇਵਫਾਈ ਛੱਡੀ ਗਈ ਪ੍ਰੋਫੈਸਰ ਨੇ ਐਕਟ ਕਰਦੇ ਆ ਉੱਤਰ ਮੋੜਿਆ ਤੂੰ ਕੋਈ ਵਫਾਦਾਰ ਲੱਭ ਕੇ ਵੀ ਦੇ ਸਕਦਾ ਵਿਦਿਆਰਥੀਆਂ ਨਾਲ ਮੱਖਣ ਵੀ ਖੁੱਲ ਕੇ ਹੱਸ-ਹੱਸ ਲੋਟ-ਪੋਟ ਹੁੰਦੇ ਕਾਫੀ ਹਾਊਸ ਤੋਂ ਬਾਹਰ ਗਿਆ ਹੁਣ ਮੱਖਣ ਪੀ ਕੇ ਸ਼ਰਾਬੀ ਨਹੀਂ ਹੁੰਦਾ ਸੀ ਪਰ ਪੀਤੀ ਦਿਨੇ ਵੀ ਰੱਖਦਾ ਉਹਦੇ ਇਨਕਲਾਬ ਦਾ ਮਹਿਲ ਖੰਡਰਾਂ ਚ ਬਦਲ ਗਿਆ ਸੀ ਮੁੰਡਿਆਂ ਦੇ ਲਗਾਤਾਰ ਹੋ ਰਹੇ ਕਤਲ ਤੇ ਤਸ਼ੱਦਦ ਦੀਆਂ ਕਹਾਣੀਆਂ ਰੋਂਗ ਤੇ ਖੜੇ ਕਰ ਰਹੀਆਂ ਸਨ ਉਮਰਨ ਲਈ ਤਿਆਰ ਸੀ ਪਰ ਤਸੀਹੇ ਨਹੀਂ ਸਹਿ ਸਕਦਾ ਸੀ ਗ੍ਰਿਫਤਾਰ ਹੋਣ ਪਿੱਛੋਂ ਗੁਰੂ ਸੈਂਟਰ ਦਾ ਭਿਆਨਕ ਟੌਰਚਰ ਨਸ਼ੇ ਦੀ ਹਾਲਤ ਵਿੱਚ ਵੀ ਉਹਦੀ ਸੁਈਆਂ ਮਾਰਦਾ ਰਹਿੰਦਾ ਹਰ ਸਾਥੀ ਦੇ ਟੁੱਟਦੀ ਹੱਡਾਂ ਦੀ ਆਪਣੀ ਤਰ੍ਹਾਂ ਦੀ ਦਰਦਨਾਕ ਗਾਥਾ ਸੀ ਉਹ ਮਹਿਸੂਸ ਕਰਦਾ ਮੈਂ ਸਹੀ ਰਾਹ ਤੋਂ ਭਟਕ ਰਿਹਾ ਇਹ ਠੀਕ ਹੈ ਪਰ ਟੌਰਚਰ ਮੈਂ ਕਿਵੇਂ ਵੀ ਨਹੀਂ ਚੱਲ ਸਕਦਾ ਜਿਵੇਂ ਡਰੇ ਬੱਚੇ ਲਈ ਮਾਂ ਦੀ ਗੋਦ ਕਿਲਾ ਹੁੰਦੀ ਹੈ ਉਹਦੇ ਸеме ਮੰਨ ਲਈ ਸ਼ਰਾਬ ਵੱਡੀ ਪਨਾਹ ਬਣ ਗਈ ਇੱਕ ਦਿਨ ਪੂਰਾ ਨਸ਼ਈ ਉਹ ਇਨਾਂ ਹੀ ਸੋਚਾਂ 'ਚ ਗਲਤਾਨ ਕਾਫੀ ਹਾਊਸ ਦੇ ਨਵੇਂ ਕੋਲੇ ਖੁੰਝੇ 'ਚ ਬੈਠਾ ਸੀ ਆਮ ਤੌਰ ਤੇ ਉਹ ਕਿਸੇ ਨਾਲ ਗੱਲਬਾਤ ਦੇ ਝੰਝੜ ਤੋਂ ਪਾਸੇ ਹੀ ਰਹਿੰਦਾ ਉਦੋਂ ਹੀ ਇਕਨੋਮਿਕਸ ਦੀ ਲੈਕਚਰਾਰ ਸਨੇਹ ਪਾਲ ਅੰਦਰ ਆਈ ਖਾਲੀ ਹਾਊਸ ਭਾਂਪਾਂ ਕਰ ਰਿਆ ਸੀ ਉਹਦੀ ਨਿਗਾਹ ਤਲੀ ਤੇ ਸਿਰ ਰੱਖੀ ਬੈਠੇ ਮੱਖਣ ਉੱਤੇ ਜਾ ਪਈ ਮਨੀ ਮਾਨੋ ਮੁਸਕਾਈ ਜ਼ਰੂਰ ਇਹਨੂੰ ਕਿ ਸੱਜਰਾ ਕੰਮ ਝੰਬੜਿਆ ਪੁੱਛ ਕੇ ਵੇਖਾ ਕਿੰਨਾ ਸੋਹਣਾ ਜਵਾਨ ਹੈ ਸ਼ਰਾਬ ਚ ਡੁੱਬਾ ਤਾਂ ਖੁਰ ਹੀ ਜਾਏਗਾ ਮਨੁੱਖੀ ਹਮਦਰਦੀ ਇਹਨੂੰ ਮੱਖਣ ਦੀ ਮੀਜ਼ ਤੱਕ ਲੈ ਗਈ ਹੈਲੋ ਮਿਸ ਮੱਖਣ ਨੇ ਸਤਕਾਰ ਚ ਉੱਠਣ ਦਾ ਯਤਨ ਕੀਤਾ ਪ੍ਰੋਫੈਸਰ ਸਾਫ ਕਾਫੀ ਪੀਓਗੇ ਸਨੇਪਾਲ ਨੇ ਵਿਸ਼ ਕਰਦੇ ਪੁੱਛਿਆ ਨਾ ਬਈ ਅੰਗੂਰ ਦੀ ਬੱਚੀ ਮੁੰਡੇ ਨੇ ਆਪਣੇ ਤੋਂ ਡਿਊਟੀ ਉਮਰ ਦੀ ਪ੍ਰੋਫੈਸਰ ਨੂੰ ਜਾਣ ਕੇ ਛੇੜਿਆ ਉਸ ਦਿਨ ਸਨੇਪਾਲ ਹਰੀ ਸਾੜੀ 'ਚ ਖੂਬਸੂਰਤ ਲੱਗ ਰਹੀ ਸੀ ਸੂਰਤ ਠੀਕ ਹੈ ਪਾਲ ਕਹਿਣਾ ਚਾਹੁੰਦੀ ਸੀ ਮੈਂ ਆਕੜਖਾਨ ਜੱਟਾਂ ਦੀ ਧੀ ਆ ਜਿਹੜੇ ਕਿਸੇ ਕੀਮਤ ਤੇ ਅਣਖ ਦਾ ਸੌਦਾ ਨਹੀਂ ਕਰਦੇ ਤੇਰੀ ਅਕਲ ਤੇ ਤਾਂ ਰੋਣ ਆਉਂਦਾ ਸਨੇ ਨੇ ਆਪਣੇ ਗੁੱਸੇ ਨੂੰ ਸਾਬੂ ਮੋੜ ਦੇ ਲਿਆ ਅਕਲ ਖਾਣੀ ਏ ਮੌਤ ਦੀ ਤੇ ਜਨੂਨ ਹੈ ਅਸਲ ਜ਼ਿੰਦਗੀ ਦਾ ਸੁਹਾਗ ਮੱਖਣ ਨੇ ਛਾਤੀ ਭਰ ਕੇ ਸਾ ਦਾ ਹੋਕਾ ਛੱਡ ਦਿੱਤਾ ਮਾੜੀ ਗੱਲ ਬਹੁਤ ਹੀ ਮਾੜੀ ਛੀ ਤੈਨੂੰ ਜ਼ਿੰਦਗੀ ਚ ਕੋਈ ਚੰਗੀ ਗੱਲ ਮਿਲੀ ਮੁੰਡੇ ਨੇ ਇੱਕ ਟਾਕੋ ਦੇ ਕਣਕ ਬੰਨੀ ਭਲੇ ਮੂੰਹ ਹਲ ਵੇਖਣਾ ਸ਼ੁਰੂ ਕਰ ਦਿੱਤਾ ਧੰਨਵਾਦ ਚੱਲਦਾ